ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਤਿੰਨ ਪ੍ਰਾਇਰਟੀਜ਼ ਹੈਗੀਆਂ ਹੈਲਥ, ਐਜੂਕੇਸ਼ਨ ਔਰ ਇੰਪਲਾਇਮੈਂਟ, ਉਹਦੇ ਵਿੱਚੋਂ ਜਿਹੜਾ ਹੈਲਥ ਦਾ, ਇਹ ਉਹਨਾਂ ਦਾ ਪ੍ਰੋਜੈਕਟ ਸੀਗਾ ਜੋ ਬਹੁਤ ਅੱਛਾ ਪ੍ਰੋਜੈਕਟ ਹੈ ਆਮ ਆਦਮੀ ਖੇਡ ਦਾ, ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਬਹੁਤ ਅੱਛੀ ਸਹੂਲਤ ਉਹਨਾਂ ਨੇ ਦਿੱਤੀ ਆ, ਉਹਦੀ ਇੰਟਰਨੈਸ਼ਨਲ ਰੈਕੋਗਨੀਸ਼ਨ ਹੋਈ ਹੈ। ਇਹਦੇ 'ਚ ਸਾਰੇ ਦੇਸ਼ਾਂ ਨੇ ਆਪਣਾ ਆਪਣਾ ਮਾਡਲ ਆ ਕੇ ਪ੍ਰਜੈਂਟ ਕੀਤਾ, ਉਹਨਾਂ ਨੂੰ ਅਲਟੀਮੇਟਲੀ ਉਹਨਾਂ ਨੂੰ ਜਿਹੜਾ ਪੰਜਾਬ ਦਾ ਮਾਡਲ ਸੀਗਾ ਇਹ ਉਹਨਾਂ ਨੂੰ ਪਸੰਦ ਆਇਆ ਕਿ ਘਰ ਦੇ ਨੇੜੇ ਤੁਹਾਡੇ ਬਹੁਤ ਵਧੀਆ ਸਾਫ਼ ਸੁਥਰਾ ਹਸਪਤਾਲ ਹੈ, ਉਹਦੇ 'ਚ ਆਮ ਆਦਮੀ ਕਲੀਨਿਕ, ਉਹਦੇ 'ਚ ਡਾਕਟਰ ਵੀ ਅਵੇਲੇਬਲ ਹੈ, ਟੈਸਟ ਵੀ ਉੱਥੇ ਹੋ ਜਾਂਦੇ ਆ, ਦਵਾਈ ਵੀ ਉੱਥੇ ਮਿਲ ਜਾਂਦੀ ਹੈ ਔਰ ਪੇਸ਼ੈਂਟ ਉੱਥੇ ਠੀਕ ਹੋ ਜਾਂਦਾ। ਔਰ ਜਿਹੜੀਆਂ ਆਮ ਬਿਮਾਰੀਆਂ ਹੈਗੀਆਂ, ਚਾਹੇ ਉਹ ਖਾਂਸੀ, ਜ਼ੁਕਾਮ, ਬੁਖਾਰ, ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ, ਕਈ ਸਾਹਿਬ ਨੇ ਉੱਤੇ ਕਿਹਾ ਵੀ ਜਿਵੇਂ ਐਕਸਰੇ ਮਸ਼ੀਨਾਂ ਹੋ ਜਾਣਗੀਆਂ, ਵੈਸੇ ਤਾਂ ਦੇਖਿਆ ਅੱਜ ਤੱਕ ਸ਼ਾਇਦ ਹੋ ਜਾਣੀ ਚਾਹੀਦੀ ਸੀ, ਪੁਰਾਣੇ ਸਮੇਂ ਨੂੰ ਦੇਖੀਏ ਉਹ ਬੜੀ ਛੋਟੀ ਚੀਜ਼ ਲੱਗਦੀ ਹੈ, ਤੇ ਦਵਾਈਆਂ ਵਾਲਾ ਉਹਨੂੰ ਲੈ ਕੇ ਕਿੰਨੀ ਛੇਤੀ ਲੋਕਾਂ ਨੂੰ ਖੁਸ਼ਖਬਰੀ ਮਿਲ ਜੂਗੀ ਤੇ ਉਹ ਫੰਕਸ਼ਨਲ ਕਦੋਂ ਤੋਂ ਹੋ ਜਾਣਗੀਆਂ, ਕਿੰਨਾ ਪ੍ਰੋਜੈਕਟ ਪਾਈਪਲਾਈਨ ਚ? ਮੁੱਖ ਮੰਤਰੀ ਸਾਹਿਬ ਨੇ ਕੱਲ ਹੀ ਮੀਟਿੰਗ ਕਰਕੇ ਨਾ ਜੀ, ਕੱਲ ਹੀ ਮੀਟਿੰਗ ਕਰਕੇ ਉਹਨਾਂ ਨੇ ਸਾਨੂੰ ਬਜਟ ਵੀ ਦੇ ਦਿੱਤਾ, ਮੈਡੀਸਨ ਦੀ ਪਰਚੇਸ ਦੀ ਪ੍ਰਕਿਰਿਆ ਅਸੀਂ ਸ਼ੁਰੂ ਕਰ ਦਿੱਤੀ ਹੈ, ਦਵਾਈਆਂ ਤੇ ਇਹਨੂੰ ਜਿਹੜਾ ਹੈਗਾ ਸਾਰਾ ਟੈਂਡਰਿੰਗ ਪ੍ਰੋਸੈਸ ਸਾਰਾ, ਮੈਨੂੰ ਲੱਗਦਾ ਕਿ 1.5-2 ਮਹੀਨੇ ਦਾ ਪ੍ਰੋਸੀਜਰ ਹੈਗਾ, ਇਹ 2-2.5 ਮਹੀਨੇ ਦੇ ਵਿੱਚ ਸਾਰਾ ਸਾਡਾ ਜਿਹੜਾ ਹੈਗਾ ਇਹ ਮੈਡੀਸਨ ਦੀ ਪ੍ਰੋਕਿਓਰਮੈਂਟ। ਇਸੇ ਤਰ੍ਹਾਂ ਜਿਹੜੀਆਂ ਐਕਸਰੇ ਦੀਆਂ, ਅਲਟਰਾਸਾਊਂਡ ਦੀਆਂ ਮਸ਼ੀਨਾਂ ਪਰਚੇਸ ਕਰਕੇ, ਇਹ ਵੀ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦੀ ਤੋਂ ਜਲਦੀ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ, ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲ ਹੈ, ਸਬ ਡਿਵੀਜ਼ਨ ਹਸਪਿਟਲ ਔਰ CHCs ਆ ਗਏ, ਕਮਿਊਨਿਟੀ ਹੈਲਥ ਸੈਂਟਰ। ਮੁੱਖ ਮੰਤਰੀ ਸਾਹਿਬ ਨੇ ਗੱਲ ਕੀ, ਉਹਨਾਂ ਨੇ ਉਹ ਕਹਿਣ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਆ, ਪੂਰਾ ਹੋਮਵਰਕ ਕਰਦੇ ਆ ਆਪਣਾ। ਉਹਨਾਂ ਨੇ ਆਲਰੇਡੀ ਸਾਨੂੰ ਕੱਲ ਹੀ ਬਜਟ ਦੇ ਦਿੱਤਾ ਸਾਨੂੰ ਉਹਨਾਂ ਨੇ ਕਿ ਜਾਓ ਡਾਕਟਰ ਸਾਹਿਬ, ਦਵਾਈਆਂ ਖਰੀਦੋ ਔਰ ਹਸਪਤਾਲਾਂ 'ਚ ਪਹੁੰਚਾਓ। ਅਸੀਂ ਆਪਣੀ ਪ੍ਰਕਿਰਿਆ ਵੀ ਸ਼ੁਰੂ ਕਰਤੀ ਆ, ਮੇਰੇ ਖਿਆਲ ਇਸ ਤੋਂ ਫਾਸਟ ਕੋਈ ਮੁੱਖ ਮੰਤਰੀ ਕੰਮ ਨਹੀਂ ਕਰ ਸਕਦਾ।